ਮੇਰੀ ਤਰਫ ਤੋਂ ਤਮਾਮ ਵੀਡੀਓ ਦੇਖਣ ਵਾਲਿਆਂ ਨੂੰ ਅਸਲਾਮ ਵਾਲੇਕੁਮ। ਲਓ ਜੀ, ਅੱਜ ਫਿਰ ਸਾਡਾ ਟੂਰ ਬਣ ਗਿਆ। ਟੂਰ ਇੰਝ ਬਣਿਆ ਕਿ ਅਸੀਂ ਚੱਲੇ ਹਾਂ ਮਲਕਵਾਲ। ਸਫ਼ਰ ਵੀ ਕਾਫੀ ਆ, ਉਹ ਸਾਊਥ ਉੱਤੇ ਆ, ਅਤੇ ਰਸਤਾ ਵੀ ਥੋੜ੍ਹਾ ਜਿਹਾ ਜਿਹੜਾ ਨਾ ਜੀ ਮੋੜ ਘੇੜ ਵਾਲਾ ਹੀ ਹੈ, ਸਿੱਧਾ ਨਹੀਂ ਹੈ। ਕਾਫੀ ਸਾਰੇ ਜਗ੍ਹਾ ਤੋਂ ਨਾ ਮੋੜ ਕੱਟਣੇ ਪੈਂਦੇ ਨੇ, ਕਿਤੇ ਸਿੰਗਲ ਰੋਡ, ਕਿਤੇ ਡਬਲ ਰੋਡ, ਅਤੇ ਸੱਪ ਆਰ ਬਲ ਖਾਂਦਾ ਜਾਂਦਾ ਰਸਤਾ ਉਹ ਜਿਹੜਾ। ਅਸੀਂ ਚੱਲੇ ਆਪਣੀ ਬੇਟੀ ਕੋਲ ਉਹਨੂੰ ਮਿਲਣ ਵਾਸਤੇ, ਅਤੇ ਮੈਂ ਮੌਸਮ ਦੀ ਅੰਮੀ ਅਸੀਂ ਜਾ ਰਹੇ ਹਾਂ ਅੱਜ। ਇਨਸ਼ਾਅੱਲਾ ਤਾਲਾ ਅੱਲਾ ਖੈਰ ਨਾਲ ਸਾਡਾ ਸਫ਼ਰ ਕਰਾਏ, ਖੈਰ ਨਾਲ ਵਾਪਸ ਲਿਆਏ, ਅਤੇ ਰਾਹ 'ਚ ਤੁਹਾਨੂੰ ਦਿਖਾਵਾਂਗੇ ਸਾਰਾ ਰਾਹ ਜਿੱਥੇ ਜਿੱਥੋਂ ਲੰਘ ਕੇ ਜਾਣਾ ਅਸੀਂ, ਅਤੇ ਮੁਕੰਮਲ ਇੱਕ ਵੀਡੀਓ ਬਣਾਵਾਂਗੇ, ਤੁਹਾਨੂੰ ਸਾਰਾ ਜਿਹੜਾ ਦਿਖਾਉਂਦੇ ਜਾਵਾਂਗੇ। ਜਿਵੇਂ ਜਿਵੇਂ ਅਸੀਂ ਜਿਹੜੇ ਜਿਹੜੇ ਰਾਹਾਂ ਤੋਂ ਲੰਘਣਾ ਅਸੀਂ ਉਹ ਸਾਰੇ ਰਾਹ ਤੁਹਾਨੂੰ ਦਿਖਾਵਾਂਗੇ। ਤੁਸੀਂ ਸਾਡੇ ਨਾਲ ਵੀਡੀਓਜ਼ ਬਣੇ ਰਹੋ, ਅਤੇ ਅਸੀਂ ਇਨਸ਼ਾਅੱਲਾ ਤਾਲਾ ਸਾਰਾ ਕੁਝ ਦਿਖਾਵਾਂਗੇ। ਇਹ ਵੀਡੀਓ ਦੇਖ ਕੇ ਤੁਸੀਂ ਫਿਰ ਕਮੈਂਟਸ ਔਰ ਲਾਈਕ ਸਬਸਕ੍ਰਾਈਬ ਸਭ ਕੁਛ ਕਰਨਾ, ਕਿਉਂਕਿ ਸਾਨੂੰ ਪਤਾ ਲੱਗੇ ਕਿ ਸਾਡੀ ਵੀਡੀਓ ਕੈਸੀ ਬਣੀ ਹੈ। ਇੱਕ ਹੌਸਲਾ ਅਫਜਾਈ ਹੁੰਦੀ ਹੈ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਜਾਂ ਸ਼ੇਅਰ ਕਰਨ ਨਾਲ, ਲਾਈਕ ਕਰਨ ਨਾਲ ਵੀਡੀਓ ਬਣਾਉਣ ਵਾਲੇ ਨੂੰ ਹੌਸਲਾ ਮਿਲਦਾ। ਮੈਂ ਤਾਂ ਇਹ ਕਹਾਂਗਾ ਜਿਹੜੇ ਵੀ ਇਸ 'ਤੇ ਕੰਮ ਕਰਦੇ ਆ ਸਾਰਿਆਂ ਨੂੰ ਜਿਹੜਾ ਨਾ ਜੀ ਸਾਰਿਆਂ ਦੀ ਹੈਲਪ ਕੀਤਾ ਕਰੋ। ਇਹਦੇ 'ਚ ਤੁਹਾਡਾ ਕੁਝ ਨਹੀਂ ਜਾਂਦਾ, ਅਗਲੇ ਦਾ ਜਿਹੜਾ ਨਾ ਜੀ ਅਗਲੇ ਦੀ ਹੌਸਲਾ ਅਫਜਾਈ ਹੋ ਜਾਂਦੀ ਹੈ, ਅਤੇ ਸਭ ਇੱਕ ਦੂਜੇ ਦੀ ਹੈਲਪ ਕਰੇ ਕਰੋ। ਅਸੀਂ ਵੀ ਜਿਹਨਾਂ ਜਿਹਨਾਂ ਦੇ ਚੈਨਲ ਦੇਖਦੇ ਹਾਂ ਉਹਨਾਂ ਨੂੰ ਸਬਸਕ੍ਰਾਈਬ ਕਰੀਦਾ, ਲਾਈਕ ਕਰੀਦਾ, ਉਹਨਾਂ ਨੂੰ ਸ਼ੇਅਰ ਵੀ ਕਰੀਦਾ, ਕਮੈਂਟਸ ਵੀ ਕਰੀਦੇ ਨੇ, ਤਾਂ ਕਿ ਅਗਲਿਆਂ ਦੀ ਹੌਸਲਾ ਅਫਜਾਈ ਹੋਵੇ। ਅਤੇ ਤੁਸੀਂ ਵੀ ਜਿਹੜਾ ਨਾ ਜੀ ਹੌਸਲਾ ਅਫਜਾਈ ਸਾਡੀ ਕਰੇ ਕਰੋ। ਅਸੀਂ ਮਿਹਨਤ ਕਰਦੇ ਹਾਂ, ਸਾਨੂੰ ਕੁਝ ਤਾਂ ਮਿਹਨਤ ਦਾ ਜਿਹੜਾ ਸਿਲਾ ਮਿਲੇ, ਇਸ ਵਾਸਤੇ ਤੁਸੀਂ ਜਿਹੜਾ ਨਾ ਜੀ ਸਾਡੀ ਲਾਜ਼ਮੀ ਕੀਤਾ ਕਰੋ। ਲਓ ਜੀ, ਅਸੀਂ ਹੁਣ ਜਿਹੜਾ ਨਾ ਰਵਾਨਾ ਹੋ ਗਏ ਹਾਂ, 45 ਚੱਕ 'ਚੋਂ ਨਿਕਲ ਰਹੇ ਹਾਂ। ਆ ਗਿਆ ਜੀ ਫਰਿਆਦ ਦਾ ਪੈਟਰੋਲ ਪੰਪ। ਇਹ ਤਾਂ ਸਾਡੀ ਹਰ ਵੀਡੀਓ 'ਚ ਆ ਜਾਂਦਾ, ਕਿਉਂਕਿ ਨਿਕਲਦੇ ਹਾਂ ਇਹ ਹੀ ਆਉਂਦਾ ਪਹਿਲੇ। ਅੱਜ ਅਸੀਂ ਪੈਟਰੋਲ ਬਾਹਰੋਂ ਪਾਵਾਂਗੇ ਜੀ, ਅਜੇ ਹੈ ਸਾਡੇ ਕੋਲ। ਸਫ਼ਰ ਸਾਡਾ ਜਿਹੜਾ ਤਕਰੀਬਨ 100 ਤੋਂ ਉੱਤੇ ਬਣ ਜਾਂਦਾ, ਕਿਉਂ ਮਸਾਂ 100 ਤੋਂ ਉੱਤੇ ਸਾਡਾ ਸਫ਼ਰ ਬਣ ਜਾਂਦਾ 100 ਕਿਲੋਮੀਟਰ ਤੋਂ ਉੱਤੇ। ਅਤੇ ਜਿਹੜਾ ਰਾਹ ਹੈ ਨਾ, ਅੱਗੇ ਵੀ ਦੱਸਿਆ ਵੀ ਸੱਪ ਔਰ ਬਾਲ ਖਾਂਦਾ ਹੀ ਜਾਂਦਾ, ਉਹ ਸਿੱਧਾ ਨਹੀਂ ਹੈ ਸਾਡਾ ਰਾਹ। ਰਾਹ ਤੁਹਾਨੂੰ ਦਿਖਾਵਾਂਗੇ ਵੀਡੀਓ, ਜਿਹੜਾ ਜਿਹੜਾ ਅਸੀਂ ਜਿਹੜੇ ਜਿਹੜੇ ਰਾਹਾਂ ਤੋਂ ਜਾਣਾ ਸਾਰੇ ਦਿਖਾਵਾਂਗੇ।
ਸੜਕ ਤੇ ਤੁਸੀਂ ਵੇਖ ਹੀ ਲਈ ਜੀ, ਬਾਈਪਾਸ ਦੀ ਮਾਸ਼ਾਅੱਲਾ ਸੋਹਣੀ ਬਣੀ ਆ। ਅਸੀਂ ਹੁਣ ਲਾਹੌਰ ਰੋਡ ਤੇ ਪਹੁੰਚ ਗਏ ਤੇ ਬੜੀ ਜਲਦੀ ਪਹੁੰਚੇ ਆ। ਅਸੀਂ ਹੁਣ ਸਿੱਧਾ ਹੀ ਜਾਣਾ ਜੇ, ਰਾਈਟ ਲੈਫਟ ਅਸੀਂ ਕੋਈ ਨਹੀਂ ਮੁੜਨਾ, ਅਸਾਂ ਜਾਣਾ ਸਿੱਧਾ। ਇਹ ਲਾਹੌਰ ਨੂੰ ਗਈ ਸੜਕ ਜਿਹੜੀ ਹੈ ਜੀ, ਤੇ ਇੱਧਰ ਆ ਸ਼ਹਿਰ ਨੂੰ ਗਈ ਸਰਗੋਧਾ ਸ਼ਹਿਰ, ਤੇ ਅਸੀਂ ਜਾਣਾ ਜੀ ਇਹ ਸਿੱਧਾ। ਅਸੀਂ ਪਲਵਾਰ ਰੋਡ ਤੇ ਚੜਾਂਗੇ ਜਾ ਕੇ ਇੱਥੋਂ ਜੀ। ਅਕਸਰ ਭੁੱਲ ਜਾਂਦੇ ਆ, ਅੱਜ ਮੌਸਮ ਨੇ ਯਾਦ ਰੱਖਿਆ ਸੀ ਸਾਰਾ। ਤੇ ਇਹ ਕੋਈ ਚੌਕ ਹੈ, ਪਤਾ ਨਹੀਂ ਹੁਣ ਚੌਕ ਦਾ ਕੀ ਨਾਂ ਜੇ, ਇਹ ਹੁਣ ਅਸੀਂ ਪੁੱਛ ਕੇ ਜਿਹੜਾ ਨਾ ਜੀ ਰਾਹ ਲਿਆ, ਅੱਗੋਂ ਜਾ ਕੇ ਫਿਰ ਅਸੀਂ ਬਦਲਣਾ ਰਾਹ। ਤੁਹਾਨੂੰ ਮੈਂ ਦੱਸਿਆ ਸੀ ਬੜੇ ਰਾਹ ਬਦਲਣੇ ਨੇ ਅਸੀਂ ਰਾਹ ਦੇ ਵਿੱਚ, ਸਾਨੂੰ ਮੁੜਨਾ ਪੈਣਾ। ਇਹ ਬੋਰਡ ਲੱਗਿਆ ਜੇ, ਬੋਰਡ ਦੇ ਉੱਤੇ ਲਿਖਿਆ ਕੋਟ ਮੋਮਨ ਜਾਲ ਚੱਟੀਆਂ ਤੇ ਮੁਜ਼ਮਾਬਾਦ। ਅਸੀਂ ਹੁਣ ਇੱਥੋਂ ਲੈਫਟ ਆਉਣਾ ਜੀ, ਲੈਫਟ ਇਹ ਗਈ ਮੁਜ਼ਮਾਬਾਦ ਨੂੰ, ਇੱਧਰ ਬੱਸ ਜਾ ਰਹੀ ਹੈ ਕੋਟ ਮੋਮਨ ਮੁਜ਼ਮਾਬਾਦ। ਅਸੀਂ ਚੱਲੇ ਹਾਂ ਜੀ ਪਲਵਾਲ ਰੋਡ ਤੇ, ਇਹ ਹੁਣ ਅਸੀਂ ਪਲਵਾਲ ਰੋਡ ਤੇ ਚੜਾਂਗੇ ਅੱਗੇ ਜਾ ਕੇ ਉਹਦੇ ਜੀ। ਇਹ ਮੋੜ ਕੱਟ ਲਿਆ ਜੀ ਅਸੀਂ, ਪਰ ਸੜਕਾਂ ਸਹੀ ਬਣੀਆਂ ਨੇ ਨਵੀਆਂ, ਕਾਰਪੇਟ ਰੋਡ ਨੇ। ਲਓ ਜੀ ਪਲਵਾਲ ਸ਼ਹਿਰ ਆ ਗਏ, ਮੌਸਮ ਦੇਖੀ ਇੱਥੇ ਫਰੂਟ ਵਾਲਾ ਕੋਈ ਹੈ ਨੀ, ਫਰੂਟ ਵਾਲਾ ਹੈ ਇੱਧਰ ਹੀ ਦੇਖ ਲਓ ਕੋਈ ਅਮਰੂਦ ਲਈਏ ਪਹਿਲੇ। ਲਓ ਜੀ ਅਮਰੂਦ ਦੀ ਰੇਹੜੀ ਆ ਗਈ ਸਾਡੇ, ਇਹ ਅਮਰੂਦ ਸਾਨੂੰ ਮਿਲੇ ਨੇ ਜੀ 200 ਰੁਪਏ ਆ ਭਾਈ ਉਹਨਾਂ ਨੇ, ਕਿਵੇਂ ਆਖਿਆ ਤੁਸੀਂ, ਇਹ 200 ਰੁਪਏ ਕਿਲੋ ਜਿਹੜਾ ਨਾ ਜੀ ਦੇ ਰਹੇ ਨੇ ਸਾਨੂੰ ਇਹ ਭਾਈ ਰੇਹੜੀ ਵਾਲੇ। ਇਹ ਅਮਰੂਦ ਨੇ ਇਹਨਾਂ ਦੇ, ਹਾਂਜੀ ਜੀ ਜੀ ਬਲੌਗਿੰਗ। ਅਮਰੂਦ ਵੇਖਣ ਚ ਤੇ ਅੱਛੇ ਲੱਗਦੇ ਨੇ, ਹੁਣ ਵਿੱਚੋਂ ਪਤਾ ਨੀ ਕਿੰਜਦੇ ਨੇ ਵਿੱਚ ਤੇ ਹੁਣ ਇਹ ਹੁਣ ਕਹਿੰਦਾ ਜੀ ਹਾਂਜੀ ਕਾਣੇ ਤੇ ਨਹੀਂ ਆ, ਕੀ ਨਾਂ ਤੇਰਾ, ਮਿਰਜ਼ਾ ਸਜਾਦ। ਇਹ ਮਿਰਜ਼ਾ ਸਾਹਿਬ ਨੇ ਜੀ ਜਿਹੜੇ ਅਮਰੂਦ ਵੇਚ ਰਹੇ ਨੇ, ਦੇਖੋ ਹੁਣ ਮਿਰਜ਼ਾ ਸਾਹਿਬ ਅਮਰੂਦ ਕੈਸੇ ਦਿੰਦੇ ਨੇ ਸਾਨੂੰ। ਲਓ ਜੀ ਆੜੂ ਵੀ ਅਸਾਂ ਲੈ ਲਏ ਨੇ ਇੱਥੋਂ ਉਹਨਾਂ ਕੋਲੋਂ, ਕਿਵੇਂ ਹੁਣ ਦਓਗੇ ਸਾਨੂੰ, ਹੈਂ ਰੇਟ ਵੀ ਦੱਸ ਦੇ, ਹੈਂ 20 ਘੱਟ, ਜ਼ਿਆਦਾ ਨਹੀਂ ਘਟਾ ਲਏ ਤੁਸਾਂ। ਰੇੜੀਆਂ ਵਾਲੇ ਬੜੀ ਸ਼ਹਿ ਹੁੰਦੇ ਨੇ। ਆੜੂ ਵੇਖਣ ਚ ਤੇ ਸਹੀ ਲੱਗਦੇ ਨੇ, ਪਤਾ ਨੀ ਵਿੱਚੋਂ ਕਿੰਜਦੇ ਨੇ, ਹੈਂ ਲਓ ਜੀ ਪੈਸੇ ਕੋਈ ਨੀ ਲੈ ਰਹੇ। ਇਹ ਕਹਿੰਦੇ ਉਹ ਕਹਿੰਦਾ ਉਹਨੂੰ ਦੇ ਦਿਓ, ਕਹਿੰਦਾ ਉਹਨੂੰ ਦੇ ਦਿਓ, ਸਾਨੂੰ ਤੇ ਸਮਝ ਨੀ ਆਉਂਦੀ ਪੈਸੇ ਲੈਣੇ ਕਿਹਦੇ ਨੇ, ਹੈਂ ਇਹ ਵੀ ਤਾਂ ਦੇ ਦਈਏ ਜਿਹੜੇ ਆੜੂਆਂ ਵਾਲੇ, ਇਹ ਸਾਰੇ ਹੀ ਕਹਿ ਰਹੇ ਨੇ ਜੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ। ਹੁਣ ਫਾਈਨਲ ਗੱਲ ਕਰੋ ਕਿਹਨੇ ਲੈਣੇ ਨੇ, ਕੀ ਆਖਿਆ ਜੇ, ਨਹੀਂ ਨਹੀਂ ਹਾਂ ਤੈਨੂੰ ਦੇ ਦਈਏ ਮਿਰਜ਼ਾ ਸਾਹਿਬ ਜੀ, ਮੈਨੂੰ ਦੇ ਦਿਓ ਜੀ। ਲਓ ਜੀ ਮਿਰਜ਼ਾ ਸਾਹਿਬ ਨੂੰ ਅਸੀਂ ਹੁਣ ਦੇਣ ਲੱਗੇ, ਇਹਨਾਂ ਦਾ ਫੈਸਲਾ ਹੋ ਗਿਆ।
ਕਿੰਨੇ ਪੈਸੇ ਜੀ ਤੁਹਾਡੇ? 1200 ਇਹਨੂੰ 1200 ਦਿੰਦੇ ਜੀ ਅਸੀਂ। ਹੈਲੋ ਜੀ, 1200 ਰੁਪਈਆ ਇਹਨੂੰ ਦਈਏ। ਕੱਢੋ ਇਹਦੇ ਤੋਂ 1200। ਠੀਕ ਹੋ ਗਿਆ ਜੀ। ਇਹ ਨੇ ਜੀ ਸਿੰਧੜੀ ਅੰਬੇ ਦੇ ਕੋਲ 200 ਰੁਪਏ ਦੱਸੇ ਨੇ ਜੀ। ਬਾਕੀ ਚੀਜ਼ਾਂ ਤਾਂ ਅਸੀਂ ਉੱਧਰੋਂ ਲੈ ਲਈਆਂ ਨੇ, ਹੁਣ ਸਾਡਾ ਜਿਹੜਾ ਨਾ ਜੀ ਅੰਬਾਂ ਦਾ ਕੋਈ। ਚਲੋ ਕੱਢੋ ਜੀ ਫਿਰ, ਅੱਛੇ ਅੱਛੇ ਜੇ ਕੱਢ ਦਿਓ, 5 ਕਿਲੋ ਕਰ ਦਿਓ ਸਿੰਧੜੀ ਅੰਬ। 200 ਰੁਪਏ ਜੀ ਆੜੂ ਤੇ। ਯਾਰ ਤੇਰੇ ਵਾਲੇ ਚੰਗੇ ਸੀ ਉਹਨਾਂ ਨਾਲੋਂ, ਮੈਨੂੰ ਤੇ ਆੜੂ ਕਿਵੇਂ ਲਾਇਆ ਸੀ 250। ਐਵੇਂ ਲੈ ਬੈਠੇ ਉੱਧਰੋਂ ਆੜੂ ਤੇ, ਇਹ ਸਹੀ ਸਨ ਆੜੂ। ਆੜੂ ਅਸੀਂ ਜਿਹੜਾ ਨਾ ਜੀ ਉੱਧਰੋਂ ਗਲਤ ਲੈ ਬੈਠੇ ਆੜੂ, ਇਹ ਤੇ ਸਹੀ ਸਨ ਆੜੂ, ਤੁਹਾਨੂੰ ਦਿਖਾਏ ਵੀ ਨੇ ਅਸੀਂ। ਪਰ ਚਲੋ ਇਹ ਵੀ ਹੋ ਜਾਂਦਾ ਕਦੇ ਕਦੇ ਸਾਡੇ ਨਾਲ ਜਿਹੜਾ ਨਾ ਜੀ, ਕਦੇ ਆੜੂ ਗਲਤ ਮਿਲ ਗਏ, ਕਦੇ ਅੰਬ ਗਲਤ ਮਿਲ ਗਏ। ਮੋਟੇ ਮੋਟੇ ਪਾਈ ਹਾਂ, ਸਾਫ ਸਾਫ ਦੇ ਪਾ, ਵਿੱਚੋਂ ਨਾ ਖਰਾਬ ਨਾ ਪਾਈ। ਖਰਾਬ ਅੰਬ ਜਿਹੜਾ ਨਾ ਇਹ ਫਿਰ ਬਹੁਤ ਖਰਾਬ ਕਰਦੇ ਨੇ, ਜਾ ਕੇ ਗਲ ਜਾਂਦਾ ਅੰਬ, ਵਿੱਚੋਂ ਕਾਲਾ ਹੋ ਜਾਂਦਾ ਜੀ। ਲਓ ਜੀ, 5 ਕਿਲੋ ਅੰਬ ਅਸੀਂ ਜਿਹੜੇ ਉਹਨਾਂ ਜੀ ਤਲਾ ਲਏ ਨੇ। ਸਾਨੂੰ ਅਮਰੂਦਾਂ ਦਾ ਹੀ ਡਰ ਸੀ ਵੀ ਅਮਰੂਦ ਨਹੀਂ ਲੱਭਣੇ, ਅਮਰੂਦ ਸਾਨੂੰ ਮਿਲ ਗਏ ਨੇ। ਬਾਕੀ ਚੀਜ਼ਾਂ ਤਾਂ ਜਿਹੜੀਆਂ ਨਾ ਜੀ ਉਹ ਮਿਲ ਹੀ ਜਾਣੀਆਂ ਸਨ, ਪਰ ਦੁੱਖ ਇਸ ਚੀਜ਼ ਦਾ ਹੋਇਆ ਕਿ ਆੜੂ ਜਿਹੜੇ ਅਸੀਂ ਇਹ ਨਹੀਂ ਲੈ ਸਕੇ। ਅਸੀਂ ਚੜ ਗਏ ਉਹ ਰੇਹੜੀਆਂ ਵਾਲਿਆਂ ਦੇ ਅੜਿੱਕੇ, ਇਹ ਆੜੂ ਵੀ ਸਸਤਾ ਸੀ। ਲਓ ਜੀ, ਫਰੂਟ ਅਸਾਂ ਸਾਰਾ ਲੈ ਲਿਆ, ਅੰਬ ਵੀ ਲੈ ਲਏ, ਆੜੂ ਵੀ ਲੈ ਲਏ। ਅਮਰੂਦਾਂ ਦਾ ਸਾਨੂੰ ਡਰ ਸੀ, ਅਮਰੂਦ ਸਾਨੂੰ ਜਿਹੜੇ ਹੈ ਨਾ ਜੀ ਮਾਸ਼ਾਅੱਲਾ ਠੀਕ ਮਿਲ ਗਏ ਨੇ। ਅੱਜ ਗਰਮੀ ਬੜੀ ਹੈ, ਬਾਹਰ ਥੋੜ੍ਹਾ ਜਿਹਾ ਨਿਕਲੋ ਪਸੀਨਾ ਪਸੀਨਾ ਹੋ ਜਾਂਦਾ, ਅਤੇ ਗੱਡੀ 'ਚ ਬਹਿ ਕੇ ਥੋੜ੍ਹਾ ਜਿਹਾ ਫਿਰ ਜਾ ਕੇ ਪਸੀਨਾ ਸੁੱਕਦਾ ਏਸੀ ਦੀ ਵਜ੍ਹਾ ਨਾਲ। ਫਰੂਟ ਦੀ ਟੈਨਸ਼ਨ ਵੀ ਖਤਮ ਹੋ ਗਈ, ਹੁਣ ਅਸੀਂ ਜਾ ਰਹੇ ਹਾਂ ਭਲਵਾਲ ਸ਼ਹਿਰ ਦੇ। ਭਲਵਾਲ ਸ਼ਹਿਰ ਆ ਗਿਆ, ਇੱਥੇ ਰਸ਼ ਬੜਾ ਹੁੰਦਾ, ਉਂਝ ਤਾਂ ਬਾਹਰੋਂ ਬਾਹਰ ਵੀ ਸੜਕ ਹੈ ਉਹਦਾ ਸਾਨੂੰ ਐਡਾ ਪਤਾ ਨਹੀਂ। ਅਸੀਂ ਹੁਣ ਇੱਥੋਂ ਦੀ ਜਾਵਾਂਗੇ ਸ਼ਹਿਰ ਦੇ ਵਿੱਚੋਂ ਦੀ, ਹੁਣ ਅੱਗੇ ਅਸੀਂ ਸਾਲਮ ਜਾਣਾ, ਇੱਥੋਂ ਲੰਘ ਕੇ ਸਾਲਮ ਤੋਂ ਫਿਰ ਮਿਆਣਾ ਕੁੰਦਲ, ਬੜਾ ਸਫ਼ਰ ਹੈ। ਭਲਵਾਲ ਤੋਂ ਅੱਗੇ ਜਿਹੜਾ ਰੋਡ ਇਹਨਾਂ ਨੇ ਨਾ ਜੀ ਵਨ ਵੇ ਕਰਤਾ, ਇਹ ਵੇਖੋ ਇਹ ਸਾਲਮ ਤੱਕ ਵਨ ਵੇ ਜਾਂਦਾ ਰੋਡ ਸਾਰਾ, ਇੱਕਤਰਫਾ ਟ੍ਰੈਫਿਕ ਇਸ ਵਾਸਤੇ ਕਰੀ ਆ, ਪਰਲੀ ਸਾਈਡ ਅਜੇ ਬਣਾ ਰਹੇ ਨੇ, ਲੁੱਕ ਹੋ ਰਹੀ ਹੈ ਇਸ ਵਾਸਤੇ ਨਾ ਜੀ, ਆਉਣ ਵਾਲੀ ਚੀਜ਼ਾਂ ਵੀ ਇੱਧਰ ਨੂੰ ਹੀ ਆ ਰਹੀਆਂ ਅਤੇ ਜਾਣ ਵਾਲੀਆਂ ਵੀ ਇੱਧਰ ਹੀ ਜਾ ਰਹੀਆਂ ਨੇ। ਲਓ ਜੀ, ਅਸੀਂ ਸਾਲਮ ਪਹੁੰਚ ਗਏ, ਮੋਟਰਵੇ ਆ ਗਏ ਜੀ ਸਾਲਮ ਦੀ। ਅਸੀਂ ਸੱਜੇ ਖੱਬੇ ਕੋਈ ਨਹੀਂ ਮੁੜਨਾ, ਅਸਾਂ ਸਿੱਧਾ ਹੀ ਜਾਣਾ ਜੇ, ਮੋਟਰਵੇ ਨੂੰ ਕ੍ਰੋਸ ਕਰਨਾ, ਪੁਲ ਦੇ ਉੱਤੋਂ ਦੀ ਜਾਣਾ, ਅੱਗੇ ਰੋਡ ਲੈਣਾ ਅਸਾਂ ਮੰਡੀ ਬਾਓ ਦੀ ਨਾਲ ਗੁਜਰਾਤ ਵਾਲਾ, ਉਹ ਵੀ ਡਬਲ ਰੋਡ ਹੈ। ਹੁਣ ਅਸੀਂ ਪੁਲ ਚੜ੍ਹ ਰਹੇ ਮੋਟਰਵੇ ਦਾ, ਮੋਟਰਵੇ ਨੂੰ ਉੱਤੋਂ ਦੀ ਕ੍ਰੋਸ ਕਰ ਰਹੇ ਹਾਂ।
ਵਜੇ ਹੁਣ ਅਸੀਂ ਮੋਟਰਵੇ ਕ੍ਰਾਸ ਕਰ ਰਹੇ ਹਾਂ, ਉੱਤੋਂ ਦੀ ਜਾ ਰਹੇ ਹਾਂ ਮੋਟਰਵੇ ਦਾ। ਮੰਗਣ ਵਾਲੇ ਦੇ ਹਾਲ ਦੇਖੋ, ਕਿੱਥੇ ਸੜਕ ਦੇ ਵਿੱਚ ਬੈਠਾ ਜਾ, ਟ੍ਰੈਫਿਕ ਸਾਰੀ ਰੋਕੀ ਹੋਈ ਇਹਨੇ। ਇਹ ਪਾਕਿਸਤਾਨ 'ਚ ਜਿਹੜਾ ਨਾ ਜੀ, ਮੰਗਣ ਦੇ ਬੜੇ ਬੜੇ ਤਰੀਕੇ ਇਹਨਾਂ ਨੇ ਬਣਾਏ ਨੇ। ਸਾਲਮ ਅੱਡਾ ਆ ਗਿਆ ਜੀ, ਅਸੀਂ ਸਿੱਧੇ ਹੀ ਜਾਣਾ ਕਿਉਂਕਿ ਅਸੀਂ ਮੁੜਨਾ ਨਹੀਂ ਕਿਸੇ ਪਾਸੇ ਵੀ। ਅਸੀਂ ਮੰਡੀ ਬਾਲਦੀ ਨਾਲ ਗੁਜਰਾਤ ਵਾਲਾ ਰੋਡ ਲੈਣਾ ਜੇ। ਫਰੂਟ ਤਾਂ ਇੱਥੇ ਵੀ ਬੜਾ ਸੀ, ਅਸੀਂ ਤਾਂ ਬਸ ਕਾਹਲੀ ਕਰ ਲਈ ਲੈਣ ਵਾਲੀ। ਆ ਦੇਖੋ, ਅੰਬ ਹੀ ਅੰਬ ਪਿਆ, ਕੇਲਾ ਕਿੱਲਾ ਪਿਆ, ਸਿੱਧੇ ਹੀ। ਅਸੀਂ ਆ ਗਏ ਜੀ ਹੁਣ ਡਬਲ ਰੋਡ ਤੇ, ਮੰਡੀ ਬਾਲਦੀ ਵਾਲੇ ਰੋਡ ਤੇ। ਫੈਸਲ ਬੈਂਕ ਜੀ, ਇੱਥੇ ਥੋੜਾ ਜਿਹਾ ਕੰਮ ਹੈ ਮੌਸਮ ਨੂੰ। ਗੁੰਦਲ ਅੱਡਾ ਜੀ, ਇੱਥੋਂ ਅਸੀਂ ਜਿਹੜਾ ਨਾ ਜੀ ਹੁਣ ਮੁੜਨਾ ਖੱਬੇ ਸੀ, ਹੁਣ ਅਸੀਂ ਵਾਪਸ ਜਾਣਾ ਤੇ ਫਿਰ ਸਾਡਾ ਰਾਈਟ ਹੈਂਡ ਬਣ ਗਿਆ। ਰਾਈਟ ਹੈਂਡ ਫਿਰ ਵੀ ਨਹੀਂ ਬਣਨਾ ਕਿਉਂਕਿ ਉੱਤੋਂ ਬੜਾ ਖਾ ਕੇ ਆਉਣਾ, ਫਿਰ ਸਾਡਾ ਜਿਹੜਾ ਨਾ ਜੀ ਲੈਫਟ ਹੈਂਡ ਹੀ ਰਹਿਣਾ ਕਿਉਂਕਿ ਅਸੀਂ ਉਹ ਕ੍ਰਾਸ 'ਚੋਂ ਅਸੀਂ ਵਾਪਸ ਹੋਣਾ ਇਸ 'ਚੋਂ, ਫਿਰ ਅੱਗੋਂ ਦੂਸਰੇ ਕ੍ਰਾਸ 'ਚੋਂ ਫਿਰ ਇਸੇ ਰੋਡ 'ਤੇ ਆਉਣਾ ਅਤੇ ਲੈਫਟ ਅਸੀਂ ਮੁੜਨਾ ਇਹ ਮੈਣਾ ਗੁੰਦਲ ਤੋਂ। ਅਤੇ ਚੱਕਰ ਆ ਰਹੇ ਨੇ ਜੀ, ਉੱਧਰੋਂ ਮੁੜੀ ਗੱਡੀ, ਹੁਣ ਫਿਰ ਗੱਡੀ ਮੁਸਲ ਨੂੰ ਮੋੜਨੀ ਪੈ ਗਈ ਇੱਥੋਂ। ਇਹ ਬੋਰਡ ਲੱਗਿਆ, ਬੋਰਡ ਦੇ ਉੱਤੇ ਹੀ ਲਾਇਆ ਚੁੜਦੀ ਰਹਿੰਦੇ ਉਹਨਾਂ ਨੇ ਸਟਿੱਕਰ, ਉਹ ਪੜ੍ਹਿਆ ਹੀ ਨਹੀਂ ਜਾਂਦਾ। ਇੱਥੋਂ ਹੁਣ ਅਸੀਂ ਲੈਫਟ ਹੋਣਾ ਜੇ, ਅਤੇ ਇਹ ਹੋ ਗਏ ਜੀ, ਅਸੀਂ ਸਿੱਧੇ ਹੁਣ ਲੈਫਟ ਮੁੜ ਗਏ। ਇਹ ਰੋਡ 'ਤੇ ਹੁਣ ਚੱਲਣਾ ਸੀ, ਇਹ ਸਿੰਗਲ ਰੋਡ ਹੈ। ਇਹ ਸਾਡੀ ਖਰਾਬ ਸੜਕ ਆ ਗਈ ਜੀ, ਅਸੀਂ ਹੁਣ ਜਿਹੜਾ ਨਾ ਇੱਕ ਮੋੜ ਮੁੜੇ ਹਾਂ ਇੱਥੋਂ, ਇਹ ਸੜਕ 'ਤੇ ਲੱਥੇ ਹਾਂ। ਇਹ ਸੜਕ 'ਤੇ ਵੀਡੀਓ ਕੋਈ ਕੋਈ ਬੰਦਾ ਹੀ ਬਣਾ ਸਕਦਾ, ਜਿੰਨਾ ਇਹਦੇ ਉੱਤੇ ਜੰਪ ਹੈ ਨਾ, ਵੀਡੀਓ ਖਲੋ ਹੀ ਨਹੀਂ ਸਕਦੀ। ਇੱਥੇ ਬੰਦੇ ਬੜੇ ਔਖੇ ਸੀਟਾਂ 'ਤੇ ਖਲੋਂਦੇ ਨੇ, ਜਿਵੇਂ ਦੀ ਇਹ ਸੜਕ ਹੈ। ਅਜੇ ਇੱਕ ਮੋੜ, ਇੱਕ ਨਹੀਂ ਅਜੇ ਤਿੰਨ ਚਾਰ ਮੋੜ ਹੋਰ ਵੀ ਆਉਣੇ ਅਜੇ। ਇੱਕ ਤਾਂ ਹੁਣ ਆਉਣ ਵਾਲਾ ਮੋੜ ਹੈ ਨਾ ਜੀ, ਇਹ ਪੱਠਾ ਆ ਗਿਆ, ਪੱਠੇ ਕੋਲੋਂ ਅਸੀਂ ਮੁੜਦੇ ਹਾਂ, ਉਹ ਫਿਰ ਕਾਰਪੇਟ ਸੜਕ ਆਏਗੀ, ਅਤੇ ਹੈਗੀ ਉਹ ਇੱਕ ਗੱਡੀ ਦੀ ਸੜਕ ਹੈ, ਇੰਨੀ ਚੌੜੀ ਨਹੀਂ ਆ। ਸੜਕ ਆ ਗਈ ਜੀ, ਇੱਥੋਂ ਹੁਣ ਅਸੀਂ ਮੁੜਨਾ, ਫਿਰ ਅੱਗੋਂ ਜਾ ਕੇ ਮੁੜਨਾ, ਫਿਰ ਮੁੜਨਾ। ਇਹ ਦੇਖੋ ਕਿੰਨੀਆਂ ਕਿੰਨੇ ਮੋੜ ਆ। ਮੌਸਮ ਕੋਈ ਦੋ ਤਿੰਨ ਦਫ਼ਾ ਆ ਚੁੱਕਿਆ ਇੱਥੇ, ਲੇਕਿਨ ਇਹਨੂੰ ਫਿਰ ਮੋੜ ਯਾਦ ਕੋਈ ਨਹੀਂ ਹੁੰਦਾ, ਭੁੱਲ ਜਾਂਦਾ ਸਰ ਰਾਹ। ਲਓ ਜੀ ਇੱਕ ਮੋੜ ਇਹ ਆ ਗਿਆ, ਫਿਰ ਇਹ ਦੇਖ ਲਓ, ਇਹ ਮੋੜ ਵੀ ਬੜਾ ਛੋਟਾ ਜਿਹਾ ਕਿਉਂਕਿ ਸੜਕ ਹੀ ਇੰਜ ਦੀ ਹੈ, ਬਿਲਕੁਲ ਇੱਕ ਗੱਡੀ ਚੱਲਦੀ ਹੈ ਅਤੇ ਦੂਜੀ ਕ੍ਰਾਸ ਜਿਹੜੀ ਕਰਦੀ ਹੈ ਉਹ ਖਲੋ ਕੇ ਹੀ ਕਰਦੀ ਹੈ। ਲਓ ਜੀ ਇਹ ਕਾਰਪੇਟ ਰੋਡ ਵੀ ਸਾਡਾ ਹੁਣ ਖਤਮ, ਅੱਗੇ ਫਿਰ
ਰੋਡ ਟੁੱਟਿਆ ਹੀ ਆਉਣਾ ਸਾਨੂੰ ਮਿਲਣਾ ਜੇ। ਇਹ ਬੈਕਰੀ ਆ ਗਈ ਜੀ ਗੁਜਰਾਂ ਦੀ, ਇੱਥੇ ਇਹ ਚੌਕ ਹੈ, ਇੱਥੋਂ ਇੱਕ ਸੜਕ ਰਾਈਟ ਜਾਂਦੀ, ਇੱਕ ਲੈਫਟ ਅਤੇ ਇੱਕ ਰਾਈਟ ਲੈਫਟ, ਔਰ ਸਾਹਮਣੇ ਅਸੀਂ ਸਿੱਧੇ ਹੀ ਜਾ ਰਹੇ ਹਾਂ। ਇਹ ਸੜਕ ਜਿਹੜੀ ਅਸੀਂ ਜਾ ਰਹੇ ਹਾਂ ਨਾ ਜੀ, ਇਹ ਸੜਕ ਅੱਗੇ ਮਲਕਵਾਲ ਵੀ ਨਿਕਲਦੀ ਜਾ ਕੇ, ਲੇਕਿਨ ਸੜਕ ਅਸੀਂ ਕੀ ਕਹੀਏ ਇਹਨੂੰ, ਸੜਕ ਹੀ ਟੁੱਟੀ ਬੜੀ ਹੈ। ਕੱਟ ਲਿਆ, ਇਹ ਦੇਖੋ ਸੜਕ ਦੇਖੋ ਅਤੇ ਸਫ਼ਰ ਦੇਖੋ। ਸੋਲੰਗ ਲੱਗਿਆ ਉਹ ਵੀ ਬੱਸ ਨਾ ਕਰਾਸ ਅੱਗੋਂ ਆ ਜੇ ਅਤੇ ਪਤਾ ਨਹੀਂ ਕਿਵੇਂ ਕਰਨਾ ਪੈਣਾ, ਕਿਤੇ ਗੱਡੀ ਪੈਲੀਆਂ 'ਚ ਹੀ ਲਾਹਣੀ ਪੈਣੀ। ਇਹ ਪਿੰਡ ਹੈ, ਉੱਥੋਂ ਇੰਜ ਮੁੜਨਾ ਜੇ, ਮੋੜ ਬੜੇ ਨੇ, ਨਾਲੀਆਂ ਦਾ ਪਾਣੀ ਹੈ। ਇਹ ਬਾਜ਼ਾਰ 'ਚ ਇੰਜ ਮੁੜਨਾ ਜੀ। ਲਓ ਜੀ ਨੌ ਚੱਕ ਆ ਗਿਆ ਜੀ, ਇਹ ਮੋੜ ਬੜੇ ਖਤਰਨਾਕ, ਇੱਕ ਹੀ ਮੋੜ ਆ ਗਿਆ। ਹਾਂਜੀ ਵੀਡੀਓ ਤਾਂ ਖਲੋਂਦੀ ਹੀ ਨਹੀਂ ਨਾ, ਜੰਪ ਇੰਨਾ ਬੇਤਾਸ਼ਾ ਬਣਾਉਣ ਵਾਲਾ ਥੱਕ ਜਾਂਦਾ ਜੀ। ਇੱਕ ਮੋੜ ਇਹ ਆ ਗਿਆ ਜੀ, ਮੋੜ ਵੀ ਬੜੇ ਨਾ ਸੌੜੇ ਜਿਹੇ ਨੇ, ਇਹ ਆ ਗਿਆ ਜੀ ਬਾਜ਼ਾਰ ਇਹਨਾਂ ਦਾ। ਅੱਗੋਂ ਫਿਰ ਅਸੀਂ ਜਾ ਕੇ ਮੁੜਨਾ, ਲਓ ਜੀ ਖਤਰਨਾਕ ਮੋੜ, ਮੌਸਮ ਨੂੰ ਉੱਤਰ ਕੇ ਦੇਖਣਾ ਪੈ ਗਿਆ ਮੌਸਮ ਨੂੰ, ਮੌਸਮ ਜਾਇਜ਼ਾ ਲੈ ਰਿਹਾ ਵੀ ਗੱਡੀ ਕਿਵੇਂ ਅੱਗੇ ਟੱਪੇਗੀ। ਉਹ ਦੇਖੋ ਚੱਲ ਮੌਸਮ ਟੱਪ ਜਾਣੀ ਆ, ਕੋਈ ਨੀ ਅੱਗੇ ਵੀ ਲੰਘ ਹੀ ਜਾਂਦੀ ਆ। ਹੌਲੀ ਹੌਲੀ ਟਪਾ ਲਾ, ਜਾਣ ਦੇ ਜਾਣ ਦੇ। ਆ ਗਿਆ ਜੀ ਮੋੜ, ਇਹ ਬਾਜ਼ਾਰ ਆ ਗਿਆ ਜੀ। ਗੱਡੀ ਨਾ ਹਟੀ ਹੋਣੀ ਨਾ ਜੀ, ਆ ਗਲੀ ਆ ਗਈ ਉਹਨਾਂ ਦੀ, ਇੱਕ ਗਲੀ ਇਹ ਜੇ ਉਹਨਾਂ ਦੀ, ਦੋ ਗਲੀਆਂ ਲੱਗਦੀਆਂ ਨੇ ਇੱਕ ਗਲੀ ਇਹ ਜੇ ਉਹਨਾਂ ਦੀ। ਲਓ ਜੀ ਅਸੀਂ ਹੁਣ ਚੱਲੇ ਹਾਂ ਵਾਪਸ, ਅਤੇ ਰਿਜ਼ਵਾਨ ਦਾ ਅੱਬੂ ਆ ਸਾਨੂੰ ਜਿਹੜਾ ਨਾ ਜੀ ਅਲਵਿਦਾ ਕਰ ਰਿਹਾ, ਅਤੇ ਹੁਣ ਸਾਡੀ ਵਾਪਸੀ ਹੋ ਗਈ ਆ, ਅੱਲਾ ਖੈਰ ਕਰੇ।
ਤੇ ਅਸੀਂ ਤਕਰੀਬਨ ਘੰਟੇ ਦੋ ਬਾਅਦ ਅਸੀਂ ਘਰ ਆਪਣੇ ਪਹੁੰਚ ਜਾਣਾ। ਠੀਕ ਹੈ ਨਾ ਜੀ? ਚਲੋ ਠੀਕ ਹੋ ਗਿਆ ਜੀ। ਸਾਡੀ ਹੋ ਗਈ ਉਹਨਾਂ ਰਾਹਾਂ 'ਤੇ ਵਾਪਸ। ਅਸੀਂ ਹੁਣ ਸਾਲਮ ਪਹੁੰਚ ਗਏ ਜੀ, ਲੇਕਿਨ ਹਨੇਰਾ ਹੋ ਗਿਆ, ਵੀਡੀਓ ਵੀ ਸਾਫ਼ ਨਹੀਂ ਬਣ ਰਹੀ ਅਤੇ ਅੱਗੇ ਅੱਗੇ ਜ਼ਿਆਦਾ ਹਨੇਰਾ ਹੁੰਦਾ ਜਾਣਾ ਅਤੇ ਅੱਗੇ ਤਾਂ ਬਿਲਕੁਲ ਹੀ ਨਹੀਂ ਬਣਨੀ। ਬੱਤੀਆਂ ਬਲ ਪਈਆਂ ਨੇ, ਹੁਣ ਹਨੇਰਾ ਹੋ ਗਿਆ।